ਹੈਲੋ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਿਦਮ ਸੰਧੂ ਅਤੇ ਮੈਂ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਅਤੇ ਮੈਂ ਕੁਛ ਟਾਈਮ ਪਹਿਲਾਂ ਆਪਣਾ ਈ ਪਿਰਾਮਿਡ ਸਰਵਿਸ ਤੋਂ ਵੀਜ਼ਾ ਅਪਲਾਈ ਕੀਤਾ ਸੀ ਕੈਨੇਡਾ ਵਾਸਤੇ, ਅਤੇ ਇਹਨਾਂ ਨੇ ਮੇਰਾ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਹੈਂਡਲ ਕਰਕੇ, ਗਾਈਡ ਕਰਕੇ ਇਹਨਾਂ ਨੇ ਮੇਰਾ ਵੀਜ਼ਾ ਲਗਵਾਤਾ। ਐਂਡ ਦਿਸ ਇਜ਼ ਮਾਈ ਵੀਜ਼ਾ ਕੈਨੇਡਾ ਦਾ। ਅਤੇ ਜਦੋਂ ਮੈਂ ਪਹਿਲੇ ਦਿਨ ਆਇਆ ਸੀ ਅਤੇ ਮੇਰੇ ਕੌਂਸਲਰ ਨੇ ਸਾਹਿਲ ਸਰ, ਉਸ ਦਿਨ ਮੈਂ ਬਹੁਤ ਨਰਵਸ ਸੀ ਵੀ ਕਿੱਦਾਂ ਮੇਰਾ ਲਾਈਕ ਵੀਜ਼ਾ ਹੋਊਗਾ, ਕਿਉਂਕਿ ਬੱਚੇ ਨੂੰ ਹੁੰਦਾ ਹੀ ਹੈ ਕਿ ਕਿਵੇਂ ਅਪਲਾਈ ਕਰਨਗੇ। ਬਟ ਦੇ ਹੈਂਡਲ ਮੀ ਵੈਰੀ ਵੈਲ ਐਂਡ ਐਕਚੁਲੀ ਦਾ ਸਟਾਫ ਇਜ਼ ਆਲਸੋ ਵੈਰੀ ਕੋਆਪਰੇਟਿਵ, ਦੇ ਆਲ ਕੋਆਪਰੇਟਿਡ ਵਿਦ ਮੀ। ਅਤੇ ਜਦੋਂ ਆਫਟਰ ਦੈਟ ਫਿਰ ਇਹਨਾਂ ਨੇ ਮੇਰਾ ਆਫਰ ਲੈਟਰ ਬਹੁਤ ਦਿਨ ਜਲਦੀ ਮੰਗਵਾ ਕੇ ਦੇਤਾ। ਐਂਡ ਸਮਟਾਈਮ ਬੱਚੇ ਨੂੰ ਹੁੰਦਾ ਹੀ ਹੈ ਕਿ ਮੈਂ ਕਿੱਦਾਂ ਲਾਈਕ ਹਨਾ ਜਾਵਾਂਗਾ ਨਵੀਂ ਕੰਟਰੀ ਦੇ ਵਿੱਚ। ਅਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੇਰੀ ਫਾਈਲਿੰਗ ਕੀਤੀ 6 ਤਰੀਕ ਨੂੰ, ਅਤੇ ਵਿਦਇਨ 15 ਡੇਜ਼ ਮੇਰਾ ਵੀਜ਼ਾ ਆ ਗਿਆ। ਅਤੇ ਨਾਓ ਆਈ ਐਮ ਹੇਅਰ ਟੂ ਕਲੈਕਟ ਮਾਈ ਪਾਸਪੋਰਟ ਐਂਡ ਆਫਟਰ ਦਾ ਕਲੈਕਸ਼ਨ ਮੈਂ ਹੁਣ ਵੈਰੀ ਹੈਪੀ ਹਾਂ। ਅਤੇ ਦੈਟਸ ਵਾਈ ਮੈਂ ਜਿੰਨੇ ਵੀ ਅਦਰ ਸਟੂਡੈਂਟਸ ਨੇ ਹੂ ਵਾਂਟਸ ਟੂ ਗੋ ਇਨ ਐਵਰੀ ਕੰਟਰੀ, ਜਿਹਦੇ ਵਿੱਚ ਵੀ ਕੰਟਰੀ ਜਾਣਾ ਚਾਹੁੰਦੇ ਲਾਈਕ ਆਸਟ੍ਰੇਲੀਆ, ਕੈਨੇਡਾ, ਵਟ ਐਵਰ ਦੇ ਵਾਂਟ ਟੂ ਗੋ, ਮੈਂ ਇਹੀ ਰਿਕਮੈਂਡ ਕਰੂੰਗਾ ਕਿ ਈ ਪਿਰਾਮਿਡ ਸਰਵਿਸ ਤੋਂ ਆਉਣ ਅਤੇ ਆਪਣਾ ਸਟੱਡੀ ਵੀਜ਼ਾ ਜਾਂ ਐਨੀ ਅਦਰ ਕਾਇੰਡ ਆਫ ਵੀਜ਼ਾ ਲਗਵਾ ਲੈਣ। ਐਂਡ ਓਵਰਆਲ ਮੇਰਾ ਐਕਸਪੀਰੀਅੰਸ ਇਹ ਹੈ ਕਿ ਆਲ ਦਾ ਸਟਾਫ ਵੈਰੀ ਗੁੱਡ, ਐਵਰੀਥਿੰਗ ਇਜ਼ ਪਰਫੈਕਟ, ਠੀਕ ਹੈ, ਇਹਨਾਂ 'ਚ ਕੋਈ ਕਮੀ ਨਹੀਂ, ਬਹੁਤ ਵਧੀਆ ਹੈਂਡਲ ਕਰਦੇ ਨੇ। ਤੁਸੀਂ ਸਾਰੇ ਆਓ ਤਾਂ ਕਿ ਆਪਣਾ ਕੈਨੇਡਾ ਦਾ ਜਾਂ ਹੋਰ ਕਿਸੇ ਵੀ ਕੰਟਰੀ ਦਾ ਆ ਕੇ ਵੀਜ਼ਾ ਲਗਾਓ। ਥੈਂਕ ਯੂ ਪਿਰਾਮਿਡ ਸਰਵਿਸ ਫੋਰ ਗੈਟਿੰਗ ਮੀ ਦਿਸ ਵੀਜ਼ਾ।